ਹੁਣ ਤੁਹਾਨੂੰ ਉਸ ਜੰਗ ਦਾ ਹਾਲ ਸੁਣਾਉਂਦੇ ਹਾਂ ਜਿਹੜੀ ਦੋ ਮੁਲਕਾਂ ਦੇ ਵਿਚਾਲੇ ਨਹੀਂ ਬਲਕਿ ਦੋ ਧਿਰਾਂ ਦੇ ਵਿਚਾਲੇ ਸ਼ੁਰੂ ਹੋ ਚੁੱਕੀ ਹੈ ਹਮਾਸ ਦੇ ਵੱਲੋਂ ਕੱਲ ਸਵੇਰੇ ਗਾਜ਼ਾ ਤੋਂ ਕੀਤੇ ਅਚਨਚੇਤ ਹਮਲੇ ਦੇ ਵਿੱਚ ਘੱਟੋ ਘੱਟ 100 ਜਣੇ ਖਤਮ ਹੋ ਚੁੱਕੇ ਨੇ ਜਦਕਿ ਸੈਂਕੜੇ ਜ਼ਖਮੀ ਹੋ ਗਏ ਨੇ ਇਸ ਸਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਹਮਾਸ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ ਜਵਾਬੀ ਕਾਰਵਾਈ ਦੇ ਵਿੱਚ ਫਲਸਤੀਨ ਦੇ ਵਿੱਚ 198 ਜਣਿਆਂ ਦੇ ਖਤਮ ਹੋਣ ਦਾ ਦਾਅਵਾ ਕੀਤਾ 1600 ਤੋਂ ਵੱਧ ਜ਼ਖਮੀ ਹੋ ਗਏ ਨੇ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਵੱਲੋਂ ਦੁਸ਼ਮਣ ਕੋਲੋਂ ਬੇਮਿਸਾਲ ਕੀਮਤ ਵਸੂਲੀ ਜਾਵੇਗੀ ਜ਼ਾਹਿਰ ਤੌਰ ਤੇ ਜੰਗ ਕਦੇ ਵੀ ਚੰਗੀ ਨਹੀਂ ਹੁੰਦੀ ਆਮ ਲੋਕਾਂ ਦੇ ਲਈ ਜੰਗ ਇੱਕ ਵੱਡਾ ਖਤਰਾ ਹੁੰਦੀ ਹੈ ਇੱਕ ਵੱਡਾ ਨੁਕਸਾਨ ਹੁੰਦੀ ਹੈ ਤੇ ਉਹ ਨੁਕਸਾਨ ਇਜ਼ਰਾਈਲੀਆਂ ਤੇ ਫਲਸਤੀਨੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਇਜ਼ਰਾਈਲ ਦੀ ਕੌਮੀ ਬਚਾਅ ਸੇਵਾ ਕਮੇਟੀ ਨੇ ਕਿਹਾ ਕਿ ਹਮਾਸ ਫੌਜ ਦੀ ਇਸ ਕਾਰਵਾਈ ਦੇ ਵਿੱਚ ਘੱਟੋ ਘੱਟ 100 ਜਣੇ ਮਾਰੇ ਗਏ ਨੇ ਇਸ ਤੋਂ ਇਲਾਵਾ ਕਈ ਇਜ਼ਰਾਈਲੀ ਫੌਜੀਆਂ ਤੇ ਨਾਗਰਿਕਾਂ ਨੂੰ ਅਗਵਾ ਕਰਕੇ ਗਾਜ਼ਾ ਲਿਜਾਇਆ ਗਿਆ ਹੈ ਇਹਨਾਂ ਨੂੰ ਬੰਦੀ ਬਣਾ ਕੇ ਉੱਥੇ ਰੱਖਿਆ ਗਿਆ ਹੈ ਇਜ਼ਰਾਈਲੀ ਇਲਾਕੇ ਵਿੱਚ ਹੋਈ ਹੁਣ ਤੱਕ ਦੀ ਇਹ ਸਭ ਤੋਂ ਵੱਧ ਜਾਨਲੇਵਾ ਕਾਰਵਾਈ ਹੈ ਉਧਰ ਕੁਸਪੈਠ ਦੇ ਕਈ ਘੰਟਿਆਂ ਬਾਅਦ ਵੀ ਗਾਜ਼ਾ ਨੇੜੇ ਕਈ ਥਾਵਾਂ ਤੇ ਇਜ਼ਰਾਈਲ ਦੇ ਫੌਜੀਆਂ ਤੇ ਹਮਾਸ ਦੇ ਬੰਦਿਆਂ ਦੇ ਵਿਚਾਲੇ ਗੋਲੀਬਾਰੀ ਚੱਲਦੀ ਰਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਹਮਲੇ ਦੀ ਵੱਡੀ ਕੀਮਤ ਤਾਰਨੀ ਪਵੇਗੀ ਹਮਾਸ ਦੇ ਹਮਲੇ ਤੋਂ ਬਾਅਦ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਗਾਜ਼ਾ ਸ਼ਹਿਰ ਦੇ ਵਿੱਚ 14 ਮੰਜ਼ਲਾ ਇਮਾਰਤ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਜਿਹਦੇ ਵਿੱਚ ਦਰਜਨਾ ਪਰਿਵਾਰ ਰਹਿੰਦੇ ਸਨ ਪਰ ਇਸ ਦੇ ਨਾਲ ਹੀ ਹਮਾਸ ਤੇ ਇਸਲਾਮਿਕ ਜਿਹਹਾਦ ਗਰੁੱਪਾਂ ਨਾਲ ਸੰਬੰਧਿਤ ਦਫ਼ਤਰ ਵੀ ਇੱਥੇ ਹੀ ਸਨ ਹਮਾਸ ਦੇ ਸੀਨੀਅਰ ਕਮਾਂਡਰ ਨੇ ਦਾਅਵਾ ਕੀਤਾ ਕਿ ਗਾਜ਼ਾ ਤੋਂ ਇਜ਼ਰਾਈਲ ਦੇ ਵਿੱਚ ਹਜ਼ਾਰਾਂ ਰਾਕੇਟ ਦਾਗੇ ਗਏ 5000 ਦੇ ਕਰੀਬ ਤੇ ਇਸ ਕਾਰਵਾਈ ਨੂੰ ਉਹਨਾਂ ਨੇ ਆਪਰੇਸ਼ਨ ਅਲ ਅਕਸਾ ਫਲੱਡ ਦਾ ਨਾਮ ਦਿੱਤਾ ਹੈ ਜਾਨ ਗਵਾਉਣ ਵਾਲਿਆਂ ਦੇ ਵਿੱਚ 60 ਸਾਲ ਦੀ ਇੱਕ ਔਰਤ ਵੀ ਸ਼ਾਮਲ ਹੈ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੋਲੈਂਟ ਨੇ ਕਿਹਾ ਕਿ ਆਈਡੀਐਫ ਦੇ ਜਵਾਨ ਹਰੇਕ ਥਾਂ ਤੇ ਦੁਸ਼ਮਣ ਦੇ ਖਿਲਾਫ ਲੜ ਰਹੇ ਨੇ ਤੇ ਮੈਂ ਸਾਰੇ ਇਜ਼ਰਾਈਲੀ ਨਾਗਰਿਕਾਂ ਨੂੰ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜਿਹੜੀ ਚੇਤਾਵਨੀ ਦਿੰਦਾ ਹਾਂ ਸਲਾਹ ਦਿੰਦਾ ਹਾਂ ਰਾਸ਼ਟਰਪਤੀ ਬੈਂਜਾਮਿਨ ਨਿਤਨਯਾਹੂ ਨੇ ਵੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਜੰਗ ਵਿੱਚ ਹਾਂ ਮੁਹਿੰਮ ਨਹੀਂ ਜੰਗ ਛਿੜ ਚੁੱਕੀ ਹੈ ਤੇ ਅਸੀਂ ਹਰ ਹਾਲ ਦੇ ਵਿੱਚ ਇਸ ਨੂੰ ਜਿੱਤਾਂਗੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਮਾਰੇ ਜਾਣ ਵਾਲੇ ਲੋਕਾਂ ਦੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਇਜ਼ਰਾਈਲ ਦੇ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਅਤੇ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦਾ مشورہ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਕਿ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ ਹਮਾਸ ਦੇ ਕਮਾਂਡਰ ਨੇ ਇਹ ਵੀ ਕਿਹਾ ਹੈ ਕਿ ਯਰੂਸ਼ਲਮ ਦੇ ਵਿੱਚ ਅਲ ਅਕਸਾ ਮਸਜਿਦ ਨੂੰ ਇਜ਼ਰਾਈਲ ਦੇ ਵੱਲੋਂ ਅਪਵਿੱਤਰ ਕਰਨ ਦਾ ਇਹ ਬਦਲਾ ਹੈ ਦਰਅਸਲ ਇਜ਼ਰਾਈਲ ਪੁਲਿਸ ਨੇ ਅਪ੍ਰੈਲ 2023 ਨੂੰ ਅਲ ਅਕਸਾ ਮਸਜਿਦ ਦੇ ਵਿੱਚ ਗ੍ਰਨੇਡ ਸੁੱਟੇ ਸਨ ਤੇ ਹਮਾਸ ਉਸ ਦਾ ਬਦਲਾ ਹੁਣ ਲੈ ਰਿਹਾ ਹੈ ਅਮਰੀਕਾ ਨੇ ਵੀ ਇਜ਼ਰਾਈਲ ਰਹਿੰਦੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਆਈ ਇੱਕ ਵੱਡੀ ਖਬਰ ਦੱਸ ਦਿੰਦੇ ਹਾਂ ਅਮਰੀਕਾ ਸਰਕਾਰ ਨੇ ਰੂਸੀ ਫੌਜ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਭਾਰਤ ਅਤੇ ਚੀਨ ਸਮੇਤ 8 ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕ ਦਿੱਤਾ ਹੈ ਇਹਨਾਂ ਚੋਂ 42 ਕੰਪਨੀਆਂ ਚੀਨ ਦੀਆਂ ਨੇ ਵਪਾਰ ਬਰਾਮਦ ਕੰਟਰੋਲ ਸੂਚੀ ਦੇ ਵਿੱਚ ਫਿਨਲੈਂਡ ਜਰਮਨੀ ਜਰਮਨੀ ਭਾਰਤ ਤੁਰਕੀ ਸੰਯੁਕਤ ਅਰਬ ਅਮੀਰਾਤ ਅਤੇ ਬਰਤਾਨੀਆ ਦੀਆਂ 7 ਹੋਰ ਕੰਪਨੀਆਂ ਵੀ ਸ਼ਾਮਲ ਨੇ ਇਹਨਾਂ ਕੰਪਨੀਆਂ ਨੇ ਅਮਰੀਕਾ 'ਚ ਬਣੇ ਇੰਟੀਗ੍ਰੇਟਿਡ ਸਰਕਟਾਂ ਦੀ ਸਪਲਾਈ ਸਮੇਤ ਹੋਰ ਫੌਜੀ ਸਾਜ਼ੋ ਸਮਾਨ ਰੂਸ ਲਈ ਤਿਆਰ ਕੀਤਾ ਸੀ ਸਰਕਟਾਂ ਦੇ ਵਿੱਚ ਮਾਈਕਰੋ ਇਲੈਕਟ੍ਰੋਨਿਕਸ ਸ਼ਾਮਲ ਨੇ ਜੋ ਰੂਸ ਨੇ ਮਿਜ਼ਾਈਲਾਂ ਤੇ ਡਰੋਨ ਪ੍ਰਣਾਲੀਆਂ ਦੇ ਵਿੱਚ ਵਰਤੇ ਅਮਰੀਕੀ ਵਣਜ ਵਿਭਾਗ ਨੇ ਕਿਹਾ ਹੈ ਕਿ ਰੂਸ ਵੱਲੋਂ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਯੂਕਰੇਨ 'ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਰਾਮਦਾਂ ਤੇ ਨਜ਼ਰ ਰੱਖਣ ਵਾਲੇ ਵਿਭਾਗ ਦੇ ਸਹਾਇਕ ਸਕੱਤਰ ਮੈਥਿਊ ਐਕਸਲ ਰੋਡ ਨੇ ਕਿਹਾ ਹੈ ਕਿ ਕੰਪਨੀਆਂ ਨਾਲ ਕਾਰੋਬਾਰ ਰੋਕ ਕੇ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਜੇ ਕੋਈ ਅਮਰੀਕੀ ਮੂਲ ਦੀ ਟੈਕਨੋਲੋਜੀ ਰੂਸੀ ਰੱਖਿਆ ਖੇਤਰ ਨੂੰ ਸਪਲਾਈ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਧਰ ਚੀਨ ਨੇ ਅਮਰੀਕਾ ਦੀ ਕਾਰਵਾਈ ਨੂੰ ਆਰਥਿਕ ਧੱਕੇਸ਼ਾਹੀ ਤੇ ਇੱਕ ਪਾਸੜ ਧਮਕਾਉਣ ਦੀ ਹਰਕਤ ਕਿਹਾ ਹੈ। ਤੇ ਚੀਨ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਆਪਣੇ ਗਲਤ ਫੈਸਲਿਆਂ ਨੂੰ ਤੁਰੰਤ ਠੀਕ ਕਰਨਾ ਚਾਹੀਦਾ ਹੈ ਚੀਨੀ ਕੰਪਨੀਆਂ ਨੂੰ ਬਿਨੇ ਕਿਸੇ ਕਾਰਨ ਦੇ ਦਬਾਉਣਾ ਬੰਦ ਕਰਨਾ ਚਾਹੀਦਾ ਹੈ ਹਾਲਾਂਕਿ ਖਬਰਾਂ ਪੜੇ ਜਾਣ ਤੱਕ ਭਾਰਤ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਸਿੱਕਿਮ 'ਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ ਲਾਪਤਾ ਹੋਏ 8 ਫੌਜੀਆਂ ਸਣੇ 30 ਜਣਿਆਂ ਦੀਆਂ ਦੇਹਾਂ ਮਿਲ ਗਈਆਂ ਨੇ ਤੇ ਲਾਪਤਾ ਹੋਏ 141 ਜਣਿਆਂ ਚੋਂ 62 ਜਿਉਂਦੇ ਮਿਲ ਗਏ ਨੇ ਉਹਨਾਂ ਨੂੰ ਬਚਾ ਲਿਆ ਗਿਆ ਹੜਾ ਕਾਰਨ ਇੱਥੇ 41000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਮੁਤਾਬਿਕ ਹੜਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਛੇਤੀ ਇੱਥੇ ਦੌਰੇ ਤੇ ਪਹੁੰਚੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ 8 ਫੌਜੀਆਂ ਦੇ ਚਲੇ ਜਾਣ ਤੇ ਦੁੱਖ ਪ੍ਰਗਟਾਇਆ ਹੈ